फिल्म चेता सिंह रिलीज हो चुकी है। भरावां नूं ते पापा नूं और हसबेंड्स नूं या जो रिलेशनशिप्स ने वो जरूर आके चीज़ नूं देखन कि एक औरत दी, एक भैन दी और एक माँ दी की इज्जत हुंदी है। ते अज एक लेडी दी रिस्पेक्ट दे उत्ते कंसेप्ट हैगा। चेता सिंह ने बहुत कुछ चेता करवाया जी, बहुत कमाल दी फिल्म है, बहुत वधिया सब्जेक्ट है, तो बेहद खुशी होती है। और इस फिल्म ने बहुत हंझू भी कढ़ाए ने, बहुत त्रासदी भी आई है इस फिल्म के बीच। बहुत सोहनी मूवी है जी। हाँ जी, फैमिली मूवी है, सबनों देखनी चाहिए, इमोशनल है, लविंग है। ਮੈਨੂੰ ਇਹ ਲੱਗਿਆ ਕਿ ਯੂਨੀਕ ਫਿਲਮ ਹੈ, ਵੱਖਰਾ ਮਤਲਬ ਕਿ ਟਰਾਈ ਕੀਤੀ ਹੈਗੀ ਪੰਜਾਬੀ ਇੰਡਸਟਰੀ ਦੇ ਵਿੱਚ। ਆਮ ਤੌਰ 'ਤੇ ਇਹੋ ਜਿਹੇ ਜੋਨਰ ਟਰਾਈ ਨਹੀਂ ਕੀਤੇ ਜਾਂਦੇ। ਵਧੀਆ ਕੰਸੈਪਟ, ਕੁਛ ਵਧੀਆ ਕੰਟੈਂਟ ਦੇਖਣਾ ਤਾਂ ਚੇਤਾ ਸਿੰਘ ਦੇਖਣੀ ਪੈਣੀ ਹੈ ਤੁਹਾਨੂੰ, ਕੁਛ ਵਧੀਆ ਪਰਫੋਰਮੈਂਸਿਸ ਦੇਖਣੀਆਂ ਨੇ ਤਾਂ ਚੇਤਾ ਸਿੰਘ ਤੁਹਾਨੂੰ ਦੇਖਣੀ ਹੀ ਪੈਣੀ ਹੈ। ਭਰਾਵਾਂ ਨੂੰ ਅਤੇ ਪਾਪਾ ਨੂੰ ਔਰ ਹਸਬੈਂਡਸ ਨੂੰ ਜਾਂ ਜੋ ਰਿਲੇਸ਼ਨਸ਼ਿਪਸ ਨੇ ਉਹ ਜ਼ਰੂਰ ਆ ਕੇ ਚੀਜ਼ ਨੂੰ ਦੇਖਣ ਕਿ ਇੱਕ ਔਰਤ ਦੀ, ਇੱਕ ਭੈਣ ਦੀ ਔਰ ਇੱਕ ਮਾਂ ਦੀ ਕੀ ਇੱਜ਼ਤ ਹੁੰਦੀ ਹੈ। ਇਹ ਪੰਜਾਬੀ ਇੰਡਸਟਰੀ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੀ ਕਨਸੈਪਟ ਕੀਤੇ ਜਾ ਰਹੇ ਨੇ ਅਤੇ ਅੱਜ ਇੱਕ ਲੇਡੀ ਦੀ ਰਿਸਪੈਕਟ ਦੇ ਉੱਤੇ ਕਨਸੈਪਟ ਹੈਗਾ। ਮੈਂ ਚਾਹੁੰਦੀ ਹਾਂ ਕਿ ਹੁਣ ਜਿੰਨੇ ਵੀ ਛੋਟੇ ਬੱਚੇ ਹੈ ਨਾ, ਖਾਸ ਕਰਕੇ ਬੋਇਜ਼ ਨੇ, ਉਹਨਾਂ ਨੂੰ ਜ਼ਰੂਰ ਇੱਥੇ ਲੈ ਕੇ ਆਉਣਾ ਚਾਹੀਦਾ। ਪੇਰੈਂਟਸ ਆਪਣੀ ਫੈਮਿਲੀ ਨੂੰ ਲੈ ਕੇ ਆਉਣ, ਸਿਸਟਰਸ ਨੂੰ ਵੀ ਨਾਲ ਲੈ ਕੇ ਆਓ, ਆਪਣੇ ਲਾਈਕ ਕੋਈ ਰਿਲੇਸ਼ਨਸ਼ਿਪ 'ਚ ਉਹਨਾਂ ਨੂੰ ਵੀ ਨਾਲ ਲੈ ਕੇ ਆਓ, ਵਾਈਫ ਨੂੰ ਨਾਲ ਲੈ ਕੇ ਆਓ ਔਰ ਮਦਰ ਨੂੰ ਵੀ ਨਾਲ ਲੈ ਕੇ ਆਓ। ਇਹ ਰਿਸਪੈਕਟ ਹੈ ਇੱਕ ਲੇਡੀ ਦੀ, ਉਹ ਲੇਡੀ ਦੀ ਰਿਸਪੈਕਟ ਖਾਤਰ, ਉਹਦੀ ਇੱਜ਼ਤ ਖਾਤਰ ਆਪਾਂ ਉਹਨੂੰ ਕਨਸੈਪਟ ਨੂੰ ਕਿੱਦਾਂ, ਕਿੰਨੇ ਸੋਹਣੇ ਤਰੀਕੇ ਨਾਲ ਉਹਨੂੰ ਕਨਸੈਪਟ ਨੂੰ ਅੱਗੇ ਰੱਖਿਆ। ਜਿਹੜੇ ਪ੍ਰਿੰਸ ਜੀ ਨੇ ਆਪਣਾ ਰੋਲ ਅਦਾ ਕੀਤਾ ਭਰਾ ਦੇ ਰੂਪ ਦੇ ਵਿੱਚ, ਉਹਨਾਂ ਦਾ ਡਿਫਰੈਂਟ ਕਨਸੈਪਟ ਹੈ। ਜਪਜੀ ਖਹਿਰਾ ਜੀ ਨੇ ਮਤਲਬ ਜਸਟਿਸ ਦੇਣ ਵਾਸਤੇ ਆਪਣੀ ਜਾਨ ਲਾਤੀ। ਤੁਸੀਂ ਇਹ ਦੇਖੋ ਕਿ ਜਪਜੀ ਖਹਿਰਾ ਜੀ ਜਦੋਂ ਇੱਕ ਮਤਲਬ ਕਿ ਇੱਕ ਉਹ ਇਹੋ ਜਿਹੇ ਆਉਂਦੇ 'ਤੇ ਆ ਕੇ ਬੈਠੇ, ਇੱਕ ਫੀਮੇਲ ਨੇ ਹੀ ਆ ਕੇ ਇਹਨੂੰ ਇਨਸਾਫ ਦਿੱਤਾ। ਮੇਲ ਪਰਸਨ ਜਦੋਂ ਉਹ 3 ਸਟਾਰ ਲਾ ਕੇ ਉੱਥੇ ਬੈਠੇ ਹੋਏ ਸੀਗੇ, ਉਹਨਾਂ ਤੋਂ ਇਨਸਾਫ ਨਹੀਂ ਦਿੱਤਾ ਗਿਆ, ਇੱਕ ਔਰਤ ਨੇ ਇਨਸਾਫ ਦਿੱਤਾ ਇੱਕ ਔਰਤ ਨੂੰ। ਅਤੇ ਜ਼ਰੂਰ ਦੇਖਣੀ ਚਾਹੀਦੀ ਹੈ ਸਾਰਿਆਂ ਨੂੰ ਆ ਕੇ। ਜੋ ਕੁਝ ਸਾਡੇ ਸਮਾਜ ਦੇ ਵਿੱਚ ਗਲਤ ਹੋ ਰਿਹਾ ਉਸ ਦੇ ਉੱਤੇ ਕਿੰਤੂ ਪਰੰਤੂ ਕੀਤਾ ਗਿਆ, ਉਸ ਦੇ ਉੱਤੇ ਸਵਾਲ ਉਠਾਏ ਗਏ ਨੇ ਔਰ ਬਹੁਤ ਲੋੜ ਹੈ ਇਹਨਾਂ ਚੀਜ਼ਾਂ ਦੀ, ਹੈ ਨਾ। ਔਰ ਮੈਨੂੰ ਲੱਗਦਾ ਕਿ ਮੈਂ ਥੀਏਟਰ 'ਚੋਂ ਨਿਕਲਿਆ ਹੋਇਆ ਜੋ ਕਲਾਕਾਰ ਹੈ ਅੱਜ ਇਸ ਮੁਕਾਮ ਤੱਕ ਹੈ ਕਿ ਉਹਨੇ ਹੀਰੋ ਬਣ ਕੇ ਫਿਲਮ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ, ਔਰ ਮੈਂ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦੀ ਹਾਂ ਐਂਡ ਸਾਗਾ ਨੂੰ ਵੀ ਜਿਨ੍ਹਾਂ ਨੇ ਐਸੇ ਸਬਜੈਕਟ ਨੂੰ ਲੈ ਕੇ ਆਉਂਦਾ। ਬਿਲਕੁਲ, ਤਾੜੀਆਂ ਵੱਜਦੀਆਂ ਸੀ, ਖੁਸ਼ੀ ਹੁੰਦੀ ਸੀ ਜੇ ਕੋਈ ਚੰਗਾ ਕੋਈ ਡਾਇਲੋਗ ਆਉਂਦਾ ਤਾਂ, ਔਰ ਤਾੜੀਆਂ ਮਾਰਨ ਨੂੰ ਜੀ ਵੀ ਕਰਦਾ ਹੁੰਦਾ। ਔਰ ਖਾਸ ਕਰਕੇ ਇਹ ਹੁੰਦਾ ਕਿ ਜਦੋਂ ਕੋਈ ਐਕਟਰ, ਕੋਈ ਵੀ ਕਲਾਕਾਰ ਜਿਹੜਾ ਮੰਚ ਦੇ ਉੱਤੇ ਆਉਂਦਾ ਜਾਂ ਕੈਮਰੇ ਦੇ ਅੱਗੇ ਆਉਂਦਾ ਕੰਮ ਕਰਦਾ, ਉਹਦੇ ਕੰਮ ਨੂੰ ਜਦੋਂ ਐਪਰੀਸ਼ੀਏਸ਼ਨ ਮਿਲਦੀ ਹੈ ਤਾਂ ਬੇਹੱਦ ਖੁਸ਼ੀ ਹੁੰਦੀ ਹੈ। ਔਰ ਇਸ ਫਿਲਮ ਨੇ ਬਹੁਤ ਹੰਝੂ ਵੀ ਕਢਾਏ ਨੇ, ਬਹੁਤ ਤ੍ਰਾਸਦੀ ਵੀ ਆਈ ਹੈ ਇਸ ਫਿਲਮ ਦੇ ਵਿੱਚ। ਔਰ ਲੇਕਿਨ ਇਹ ਹੈ ਕਿ ਸਾਡੇ ਸਮਾਜ 'ਚ ਜੋ ਕੁਛ ਗਲਤ ਹੋ ਰਿਹਾ ਉਹਨੂੰ ਅਸੀਂ ਪਰਦੇ 'ਤੇ ਲੈ ਕੇ ਆਵਾਂਗੇ ਹੀ, ਹੈ ਨਾ। ਲੇਕਿਨ ਇਹ ਜ਼ਰੂਰ ਦੁਆ ਕਰਦੇ ਹਾਂ ਕਿ ਕਿਸੇ ਭਰਾ ਨੂੰ ਇਸ ਤਰ੍ਹਾਂ ਦੇ ਬਦਲੇ ਨਾ ਲੈਣੇ ਪੈਣ, ਹੈ ਨਾ। ਸਮਾਜ ਦੇ ਵਿੱਚ ਜੋ ਗਲਤ ਹੋ ਰਿਹਾ ਉਹਨੂੰ ਰੋਕਿਆ ਜਾਵੇ ਕਿਸੇ ਤਰੀਕੇ। ਇਹ ਫਿਲਮਾਂ ਜਿਹੜੀਆਂ ਐਂਟਰਟੇਨਮੈਂਟ ਲਈ ਬਣਾਈਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਛੁਪਿਆ ਹੁੰਦਾ ਹੈ। ਸੋ ਉਹਦੇ ਬਾਰੇ ਵੀ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਫਿਲਮ ਚੇਤਾ ਸਿੰਘ ਜਿਨ੍ਹਾਂ ਨੇ ਨਹੀਂ ਦੇਖੀ, ਕਿਉਂ ਦੇਖਣੀ ਚਾਹੀਦੀ ਹੈ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਬਹੁਤ ਸੋਹਣੀ ਮੂਵੀ ਹੈ ਜੀ। ਹਾਂਜੀ, ਫੈਮਿਲੀ ਮੂਵੀ ਹੈ, ਸਭ ਨੂੰ ਦੇਖਣੀ ਚਾਹੀਦੀ ਹੈ, ਇਮੋਸ਼ਨਲ ਹੈ, ਲਵਿੰਗ ਹੈ। ਹਾਂਜੀ ਹਾਂ, ਫਿਲਮਾਂ ਦੇ ਵਿੱਚ ਜ਼ਿਆਦਾਤਰ ਕਾਮੇਡੀ ਸੀਨ ਹੁੰਦੇ ਆ ਪਰ ਇਹਦੇ ਵਿੱਚ ਬਹੁਤ ਸਾਰੇ ਸੀਰੀਅਸਨੈਸ ਵੀ ਨਜ਼ਰ ਆਈ, ਉਹ ਤੁਹਾਨੂੰ ਕਿਵੇਂ ਲੱਗੀ? ਠੀਕ ਸੀਗੇ ਜੀ। ਹਾਂਜੀ, ਪ੍ਰਿੰਸ ਕਮਲਜੀਤ ਦੀ ਐਕਟਿੰਗ ਕਿਵੇਂ ਲੱਗੀ ਤੁਹਾਨੂੰ? ਬਹੁਤ ਸੋਹਣੀ ਐਕਟਿੰਗ ਲੱਗੀ ਜੀ ਉਹਨਾਂ ਦੀ। ਵਧੀਆ ਕਨਸੈਪਟ, ਕੁਛ ਵਧੀਆ ਕੰਟੈਂਟ ਦੇਖਣਾ ਤਾਂ ਚੇਤਾ ਸਿੰਘ ਦੇਖਣੀ ਪੈਣੀ ਹੈ ਤੁਹਾਨੂੰ, ਕੁਛ ਵਧੀਆ ਪਰਫੋਰਮੈਂਸਿਸ ਦੇਖਣੀਆਂ ਨੇ ਤਾਂ ਚੇਤਾ ਸਿੰਘ ਤੁਹਾਨੂੰ ਦੇਖਣੀ ਹੀ ਪੈਣੀ ਹੈ। ਤਾਂ ਪ੍ਰਿੰਸ ਕਮਲਜੀਤ ਦਾ ਵੈਸੇ ਤਾਂ ਬਹੁਤ ਸਾਰੀ ਭੂਮਿਕਾ ਨਿਭਾਉਂਦੇ ਨੇ, ਹਰ ਤਰ੍ਹਾਂ ਦੇ ਰੋਲ ਵਿੱਚ ਉਹ ਫਿੱਟ ਬਹਿ ਜਾਂਦੇ ਆ, ਪਰ ਇਸ ਦੇ ਵਿੱਚ ਉਹ ਪਾਲਾ ਸਿੰਘ ਫਿਰ ਸੀਰੀਅਸ ਹੋ ਕੇ ਚੇਤਾ ਸਿੰਘ ਬਣਦੇ ਆ, ਇਹ ਕਹਾਣੀ ਕਿਵੇਂ ਲੱਗੀ? ਬਹੁਤ ਹੀ ਵਧੀਆ। ਵਧੀਆ, ਜਿਹੜਾ ਵਧੀਆ ਐਕਟਰ ਹੁੰਦਾ ਉਹ ਕੁਛ ਵੀ ਕਰਦਾ। ਸੋ ਇੱਥੇ ਹੀ ਖਤਮ ਨਹੀਂ, ਚੇਤਾ ਸਿੰਘ ਤੋਂ ਬਾਅਦ ਵੀ ਮੈਨੂੰ ਘੱਟੋ ਘੱਟ ਮੈਂ ਬਹੁਤ ਰੰਗਾਂ 'ਚ ਉਹਨੂੰ ਦੇਖਣਾ ਚਾਹੁੰਦਾ ਪ੍ਰਿੰਸ ਨੂੰ, ਕਿਉਂਕਿ ਬਹੁਤ ਹੀ ਵਧੀਆ, ਬਾ ਕਮਾਲ ਸਾਡਾ ਐਕਟਰ ਹੈ। ਮੈਂ ਪਹਿਲਾਂ ਵੀ ਕਿਹਾ ਸਾਡੇ ਪੰਜਾਬੀ ਫਿਲਮਾਂ ਤੋਂ ਆਮਿਰ ਖਾਨ ਹੀ ਲੱਗ ਰਿਹਾ ਮੈਨੂੰ ਤਾਂ, ਜਿਹੜੇ ਕਰੈਕਟਰ 'ਚ ਵੀ ਵੜਦਾ ਅਤੇ ਫਿਰ ਉਹਨੂੰ ਸਿਰਾ ਹੀ ਲਾਉਂਦਾ ਜੀ। ਪੰਜਾਬੀ ਜਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਚਾਹਤ ਰੱਖਦੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਜ਼ਰੂਰ ਦੇਖੋ ਜੀ, ਕਿਉਂਕਿ ਜੇ ਤੁਸੀਂ ਐਪਰੀਸ਼ੀਏਟ ਇਹੋ ਜਿਹੇ ਸਬਜੈਕਟ ਨੂੰ ਨਹੀਂ ਕਰੋਗੇ ਤਾਂ ਨੈਕਸਟ ਟਾਈਮ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕਰਨੀ, ਉਹੀ ਰੂਟੀਨ 'ਚ ਸਿਨੇਮਾ ਚੱਲੂਗਾ। ਸੋ ਵੱਧ ਤੋਂ ਵੱਧ ਇਹੋ ਜਿਹੀਆਂ ਫਿਲਮਾਂ ਨੂੰ ਦੇਖੋ, ਡਿਫਰੈਂਟ ਕਨਸੈਪਟ ਹੈ,
ਤਾਂ ਕਿ ਨੈਕਸਟ ਜਿਹੜੇ ਮੇਕਰਸ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਕੁ ਮਿਲੇ ਕਿ ਲੱਗੇ ਕਿ ਅਸੀਂ ਹਾਂ ਕੁਝ ਡਿਫਰੈਂਟ ਸਬਜੈਕਟ 'ਤੇ ਕੰਮ ਕਰੀਏ। ਮੈਨੂੰ ਇਹ ਲੱਗਿਆ ਕਿ ਯੂਨੀਕ ਫਿਲਮ ਹੈ, ਵੱਖਰਾ ਮਤਲਬ ਕਿ ਟਰਾਈ ਕੀਤੀ ਹੈਗੀ ਪੰਜਾਬੀ ਇੰਡਸਟਰੀ ਦੇ ਵਿੱਚ, ਆਮ ਤੌਰ 'ਤੇ ਇਹੋ ਜਿਹੇ ਜਾਨਰ ਟਰਾਈ ਨਹੀਂ ਕੀਤੇ ਜਾਂਦੇ, ਤਾਂ ਇਸ ਐਂਗਲ ਤੋਂ ਇਹ ਫਿਲਮ ਬਹੁਤ ਵਧੀਆ ਹਟ ਕੇ ਆ। ਜਿਨ੍ਹਾਂ ਲੋਕਾਂ ਨੂੰ ਸਿਨੇਮੇ ਦੀ ਸਮਝ ਆ, ਜਿਹੜੇ ਲੋਕ ਸੱਚੀ ਮੁੱਚੀ ਇੱਕ ਸਿਨੇਮਾ ਦੇਖਣਾ ਚਾਹੁੰਦੇ ਆ, ਉਹਨਾਂ ਲਈ ਇਹ ਫਿਲਮ ਬਹੁਤ ਕੰਮ ਕਰੂਗੀ। ਪਹਿਲਾਂ ਆਲੋਚਨਾ 'ਚ ਆਉਂਦਾ ਸੀ ਕਿ ਹਾਸੇ ਠੱਠੇ ਤੋਂ ਬਿਨਾਂ ਕੰਮ ਨਹੀਂ ਪੰਜਾਬੀ ਫਿਲਮ ਇੰਡਸਟਰੀ ਨੂੰ, ਪਰ ਹੁਣ ਐਕਸਪੈਰੀਮੈਂਟ ਜਿਸ ਤਰ੍ਹਾਂ ਦੇ ਹੋ ਰਿਹਾ, ਤੁਹਾਨੂੰ ਲੱਗਦਾ ਇਹ ਹੋਣੇ ਵੀ ਚਾਹੀਦੇ ਆ ਜਾਂ ਰਿਸਕੀ ਕੰਮ ਵੀ ਬਹੁਤ ਹੈ? ਨਹੀਂ, ਰਿਸਕੀ ਹੋਵੇ, ਲੇਕਿਨ ਜੇ ਸਿਨੇਮੇ ਦੇ ਵਿੱਚ ਡੈਪਥ ਲੈ ਕੇ ਆਉਣੀ ਹੈ, ਸਾਨੂੰ ਇਹੋ ਜਿਹੇ ਐਕਸਪੈਰੀਮੈਂਟ ਕਰਨੇ ਪੈਣਗੇ। ਮੈਂ ਸਮਝਦਾ ਟੀਮ ਵਧਾਈ ਦੀ ਪਾਤਰ ਹੈ, ਸਾਗਾ ਵਾਲੇ ਸੱਚੀ ਮੁੱਚੀ ਇਹੋ ਜਿਹੀ ਫਿਲਮ ਜੇ ਉਹਨਾਂ ਨੇ ਇਨਵੈਸਟ ਕੀਤਾ ਇਹਦੇ ਵਿੱਚ, ਰਿਸਕ ਤਾਂ ਹੁੰਦਾ ਹੀ ਹੈ ਨਾ, ਤਾਂ ਕਿਸੇ ਪ੍ਰੋਡਿਊਸਰ ਨੂੰ ਇਸ ਗੱਲ ਦੇ ਲਈ ਆਪਾਂ ਵਧਾਈ ਦੇ ਸਕਦੇ ਹਾਂ ਕਿ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਹੈ, ਵਧੀਆ ਗੱਲ ਹੈ ਇਹ। ਤੁਸੀਂ ਸਾਹਿਤ ਦੇ ਬਹੁਤ ਨੇੜੇ ਹੋ, ਆਪ ਵੀ ਲਿਖਦੇ ਹੋ, ਵਿੱਚ ਮੇਰਾ ਦਾਗਿਸਤਾਨ ਕਿਤਾਬ ਦਾ ਜ਼ਿਕਰ ਆਉਣਾ, ਅਸਲੀ ਇਨਸਾਨ ਦੀ ਕਹਾਣੀ ਦਾ ਜ਼ਿਕਰ ਆਉਣਾ, ਪੰਜਾਬੀ ਫਿਲਮਾਂ 'ਚ ਇਸ ਤਰ੍ਹਾਂ ਪਹਿਲਾਂ ਕਦੇ ਮਿਲਿਆ ਨਹੀਂ ਜਾਂ ਥਾਂ ਬਹੁਤ ਥੋੜ੍ਹਾ ਮਿਲਦਾ, ਪਰ ਇਸ 'ਚ ਕਾਫੀ ਜ਼ਿਕਰ ਸੀ। ਮੈਨੂੰ ਲੱਗਦਾ ਇਹ ਪ੍ਰਿੰਸ ਕਮਲਜੀਤ ਦੀ ਆਪਦੀ ਖੇਡ ਹੈ, ਕਿਉਂਕਿ ਉਹ ਲਿਟਰੇਚਰ ਤੋਂ ਆਇਆ, ਥੀਏਟਰਿਸਟ ਹੈ, ਬਹੁਤ ਵਧੀਆ ਐਕਟਰ ਰਹਿ ਚੁੱਕਿਆ, ਡਰਾਮੇ ਤੋਂ ਆਇਆ, ਤਾਂ ਮੈਨੂੰ ਲੱਗਦਾ ਕਿ ਇਹ ਉਹਦਾ ਫਲੇਵਰ ਝਲਕ ਰਿਹਾ ਵਿੱਚ, ਉਸ ਨੂੰ ਸਮਝ ਆ ਇਹਨਾਂ ਗੱਲਾਂ ਦੀ, ਔਰ ਬਹੁਤ ਨੇੜੇ ਤੋਂ ਦੇਖਿਆ ਉਸਨੇ ਸਾਰੀਆਂ ਗੱਲਾਂ। ਮੈਨੂੰ ਲੱਗਦਾ ਇਹ ਪ੍ਰਿੰਸ ਕਮਲਜੀਤ ਦਾ ਆਈਡੀਆ ਹੋਊਗਾ। ਚੇਤਾ ਸਿੰਘ ਜੀ ਪੰਜਾਬੀਆਂ ਦੇ ਚੇਤੇ ਰਹਿਣ ਵਾਲੀ ਫਿਲਮ ਹੈ, ਉਹਨੂੰ ਯਾਦ ਰੱਖਿਆ ਜਾਏਗਾ, ਚੇਤੇ ਕੀਤਾ ਜਾਏਗਾ ਹਰ ਵਾਰ ਜਦੋਂ ਕੋਈ ਚੰਗੀ ਫਿਲਮ ਦੀ ਗੱਲ ਕੀਤੀ ਜਾਏਗੀ। ਔਰ ਮੈਂ ਹੁਣੇ ਕਹਿ ਕੇ ਵੀ ਅੱਡਿਆ ਵਾਂ ਕਿ ਚੇਤਾ ਸਿੰਘ ਲਈ ਪ੍ਰਿੰਸ ਕਮਲਜੀਤ ਨੂੰ ਐਰਕੀ ਨੈਸ਼ਨਲ ਅਵਾਰਡ ਵੀ ਮਿਲੇਗਾ ਜਿਹੋ ਜਿਹਾ ਉਹਨੇ ਕੰਮ ਕੀਤਾ ਹੈ। ਔਰ ਸਾਗਾ ਨੂੰ ਮੁਬਾਰਕਾਂ ਨੇ, ਸਾਰੀ ਟੀਮ ਨੂੰ ਮੁਬਾਰਕਾਂ, ਡਾਇਰੈਕਟਰ ਆਸ਼ੀਸ਼ ਨੂੰ ਮੁਬਾਰਕਾਂ, ਸਾਰੇ ਐਕਟਰਾਂ ਨੂੰ ਮੁਬਾਰਕਾਂ ਨੇ। ਕਿਆ ਸੋਹਣੀ ਫਿਲਮ ਬਣਾਈ ਹੈ, ਬਹੁਤ ਸੋਹਣਾ ਕੰਮ ਕੀਤਾ ਹੈ, ਬਹੁਤ ਜ਼ਬਰਦਸਤ ਕੰਮ ਹੈ ਅਤੇ